ਸਿਰਫ ਗੰਜਿਆਂ ਦਾ ਸਾਰਾ ਕੀਤਾ ਕਤਰਿਆ ਸਾਡੇ ਸਿਰ ਤੇ ਪੈਣ ਡਿਆ ਇਮਰਾਨ ਖਾਨ ਨੂੰ ਗੰਦਾ ਕਹੀ ਜਾਣ ਡੇ ਮਹਿੰਗਾਈ ਦੇ ਖਿਲਾਫ ਐਕਸ਼ਨ ਲੈਂਦੇ ਆ ਅੱਛਾ ਕੀ ਗੱਲ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਜੇ ਲਵੇ ਤੇ ਜੇ ਲਵੇ ਤੇ ਧੋਖਾ ਕਰੇ ਤੇ ਫਿਰ ਸਭ ਤੋਂ ਵੱਡੀ ਕਮੀ ਅਗਰ ਦੁਨੀਆ ਦਾ ਮਸਲਾ ਇਹਨੇ ਮਹਿੰਗਾਈ ਨੇ ਲੱਕ ਤੋੜਿਆ ਅਸੀਂ ਅਚਾਨਗੜ੍ਹ ਚਲਾਉਂਦੇ ਹਾਂ ਫਿਰ ਠੀਕ ਹੈ ਸਾਰੇ 300-400 ਰੁਪਏ ਦੀ ਅਸੀਂ ਦਿਹਾੜੀ ਲਾਉਂਦੇ ਹਾਂ ਬਾਲ ਬੱਚਾ ਮਾਸ ਲਿਆ 5-7 ਮਸਲਾ ਬੱਚੇ ਨੇ ਉਹਨਾਂ ਦਾ ਸ਼ਾਮ ਨੂੰ ਟੁੱਕਰ ਪੂਰਾ ਵੀ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਮਹਿੰਗਾਈ ਰਹੀ ਤਾਂ ਆਪੇ ਕਿਸੇ ਨੂੰ ਫਾਹ ਲਾ ਕੇ ਮਾਰ ਜਾਣਗੇ ਜਾਂ ਮਾਂ ਪਿਓ ਮਾਰ ਜਾਏਗਾ ਜਾਂ ਬੱਚੇ ਮਾਰ ਛੜੇਗਾ ਹੋਰ ਕੀ ਕਰੇਗਾ ਹੋਰ ਇਸ ਤੋਂ ਤੱਕ ਮੈਂ ਕੁਛ ਨਹੀਂ ਜਾਣਦਾ ਗੁਜ਼ਾਰਾ ਇਹਦੀ ਹਕੂਮਤ 'ਚ ਮੁਸ਼ਕਲ ਹੋ ਗਿਆ ਬੜੀ ਮੁਸ਼ਕਲ ਹੋ ਗਿਆ ਥੋੜ੍ਹਾ ਨਹੀਂ ਹੋ ਗਿਆ ਨਵਾਜ਼ ਸ਼ਰੀਫ ਦੇ ਬਾਰੇ ਅਸੀਂ ਬੜੇ ਸੌਖੇ ਸਾਂ ਅਸੀਂ ਇਸ ਤਰੀਕੇ ਨਾਲ ਸੌਖੇ ਸਾਂ ਸਾਡੇ ਮਸਲ ਸਾਡੇ ਕਾਰੋਬਾਰ 'ਤੇ ਕੋਈ ਅਸਰ ਨਹੀਂ ਸੌਦਾ ਚੀਨੀ ਘਿਓ ਸਾਨੂੰ ਬਹੁਤ ਰਿਆਤ ਮਿਲਦਾ ਸੀ ਆਟਾ ਬਹੁਤ ਰਿਆਤ ਮਿਲਦਾ ਸੀ ਦਾਲਾਂ ਬੜੀਆਂ ਰਿਆਤ ਸਨ ਇੱਥੇ ਅਸੀਂ ਕੋਈ ਸ਼ੈ ਨਹੀਂ ਖਰੀਦ ਸਕਦੇ 200-40 ਰੁਪਏ ਦਾ ਦੁਕਾਨਦਾਰ ਘਿਓ ਦੇ ਰਹੇ ਨੇ ਸਵੇਰਾ ਅਤੇ ਮਾੜਾ ਕੀ ਲਏਗਾ ਕੁਛ ਨਹੀਂ ਇਹ ਤਾਂ ਉਹਨਾਂ ਨੇ ਲੁੱਟਿਆ ਮੁਲਕ ਨੂੰ ਉਹਨਾਂ ਦੀ ਵਜ੍ਹਾ ਤੋਂ ਮਹਿੰਗਾਈ ਹੈ ਨੂਨ ਲੀਗ ਦੀ ਵਜ੍ਹਾ ਤੋਂ ਨਵਾਜ਼ ਸ਼ਰੀਫ ਦੀ ਵਜ੍ਹਾ ਤੋਂ ਕੀ ਲੁੱਟਿਆ ਉਹਨੇ ਸਾਨੂੰ ਤਾਂ ਇਹ ਜਾਪਦਾ ਹੀ ਨਹੀਂ ਸਭ ਕੁਝ ਲੁੱਟ ਲਿਆ ਜੇ ਉਹਨੇ ਲੁੱਟਿਆ ਵੀ ਤਾਂ ਆਵਾਮ 'ਤੇ ਉਹਦੀ ਸੌਖੀ ਹੈ ਸੀ ਆਵਾਮ ਤਾਂ ਸੌਖੀ ਹੈ ਸੀ ਨਾ ਹੈ ਅਤੇ ਇਹਨੂੰ ਤਕਲੀਫ ਹੈ ਸੀ ਸਾਰਿਆਂ ਦਾ ਕਾਰੋਬਾਰ ਚੱਲ ਜਾਣ ਸਾਰਿਆਂ ਨੂੰ ਟੁੱਕਰ ਖਾਂਦੇ ਹਨ ਹਰ ਤਰ੍ਹਾਂ ਖੈਰ ਸੀ ਤਾਂ ਜਿੱਦਣ ਦਾ ਪੈ ਗਿਆ ਮੈਨੂੰ ਦੱਸ ਰੱਖਾ ਸਕੂਨ ਬੰਦੇ ਕਿਹੜੇ ਨੂੰ ਹੈ ਢੀਠਾਂ ਦੇ ਤਰ੍ਹਾਂ ਨਾ ਕਰੇ ਮੈਨੂੰ ਸਕੂਨ ਹੈ ਉਹਦੀ ਪਾਰਟੀ ਦਾ ਬਾਕੀ ਗੱਲ ਕੋਈ ਨਹੀਂ ਰੋਂਦੇ ਸਾਰੇ ਨੇ ਅਗਰ ਨਵਾਜ਼ ਸ਼ਰੀਫ ਜਿਹੜਾ ਨਵਾਜ਼ ਸ਼ਰੀਫ ਦੀ ਪਾਰਟੀ ਉਹਦੇ ਚਲੋ ਸੱਚੀ ਰੋਂਦੀ ਹੈ ਅਤੇ ਜਿਹੜੇ ਦੂਸਰੇ ਜਿੰਨਾ ਇਮਰਾਨ ਖਾਨ ਦੇ ਉਹ ਢੀਠ ਹੁੰਦੇ ਨੇ ਇਸ ਗੱਲ ਨੂੰ ਵੀ ਅਸੀਂ ਹੁਣ ਕੀ ਕਰੀਏ ਸੱਚੀ ਗੱਲ ਕਿਵੇਂ ਕਰੀਏ ਪਰ ਵਿੱਚ ਉਹ ਵੀ ਬੜੇ ਤੰਗ ਨੇ ਉਹਨਾਂ ਦੀ ਮਜਬੂਰੀ ਹੈ ਚੁੱਪ ਰਹਿਣਾ ਵਿੱਚੋਂ ਪੀਟੀਆਈ ਵਾਲੇ ਵੀ ਤੰਗ ਨੇ ਹੈ ਸਾਰੇ ਹੀ ਤੰਗ ਨੇ ਉਹਨਾਂ ਤੋਂ ਕੋਈ ਹੈ ਕਿਹੜਾ ਸੌਖਾ ਮੇਰੇ ਸਾਹਮਣੇ ਆਏ ਮੇਰੇ ਸਾਹਮਣੇ ਆਇਆ ਜਿਹੜਾ ਬੰਦਾ ਕਿ ਮੈਂ ਆਈ ਬੜੇ ਸਕੂਨ ਵਿੱਚ ਆ ਕਿਹੜਾ ਸਕੂਨ ਕੀ ਸਕੂਨ ਹੈ ਪੁੱਤਰ ਮੇਰਾ ਦੱਸ ਕੀ ਆ ਕੀ ਲੁੱਟ ਕੇ ਖਾ ਛੜਿਆ ਕੀ ਖਾ ਛੜਿਆ ਤੇਰਾ ਕੀ ਲੁੱਟਿਆ ਕਿੰਨਾ ਕਰਜ਼ਾ ਕਿਹੜਾ ਕਰਜ਼ਾ ਤੇਰਾ ਗਰੀਬਾਂ ਦੁਕਾਨਦਾਰ ਅੱਗੋਂ 10 ਰੁਪਏ ਵਧਾਉਂਦੇ ਦੁਕਾਨਦਾਰ ਝੂਠੀ ਗੱਲ ਹੈ ਕਰ ਦੇਣ ਵਾਧਾ ਘਾਟਾ ਝੂਠੀ ਗੱਲ ਹੈ ਲੀਟਰ ਤੇਲ ਮੰਗਾਈ ਹੁੰਦਾ ਦੁਕਾਨਦਾਰਾਂ ਸਾਡੇ ਤੋਂ ਕਰਜ਼ਾ ਲਾਣ ਡੇ ਆ ਬਿਲਕੁਲ ਝੂਠੀਆਂ ਨੇ ਉਹਨੇ ਮੁਲਕ ਲੁੱਟ ਕੇ ਖਾਈ ਛੱਡਿਆ ਇਹਨਾਂ ਨੇ ਮਜ਼ੀਦ ਕਰਜ਼ਾ ਚੜਾ ਦਿੱਤਾ ਮਹਿੰਗਾਈ ਵੀ ਨਹੀਂ ਮਹਿੰਗਾਈ ਕਰ ਦਿੱਤੀ ਅੱਗੇ ਵੀ ਖਾਂਦੇ ਹਾਂ ਹੁਣ ਵੀ ਖਾ ਕੇ ਸੋਨੇ ਅੱਲਾ ਦਾ ਸ਼ੁਕਰ ਹੈ ਕਰਜ਼ਾ ਸਾਡੇ ਤੋਂ ਲਾਣ ਡਿਆ ਕੱਲ ਨੂੰ ਸੌਖਿਆ ਹੋਣਾ ਕਰਜ਼ਾ ਚੜਿਆ ਮਹਿੰਗਾਈ ਇਸ ਆਵਾਮ ਨੇ ਕੀਤੀ ਆ ਜਿਹੜੇ ਤਾਜਾ ਤੂਜਾ ਛੋਟੇ ਮੋਟੇ ਲੋਕ ਨੇ ਨਾ 5-7-10 ਲੱਖ ਦਾ ਮਾਲ ਪਾ ਕੇ 50 ਲੱਖ ਦਾ ਉਹ ਲੁੱਟਣ ਦੇ ਨੇ ਸਾਨੂੰ ਸਮਝਦੇ ਹੋ ਮਹਿੰਗਾਈ ਕੋ ਨਹੀਂ ਆ ਮਹਿੰਗਾਈ ਆਵਾਮ ਨੇ ਕਰ ਦਿੱਤੀ ਆ ਅਗੋਂ 10 ਜੋੜ ਫੜੇ ਨੇ ਪੂਰਾ ਪਾਕਿਸਤਾਨ ਜੋੜਾਂ ਦਾ ਮੈਨੂੰ ਇਹ ਦੱਸੋ ਕਿ ਅੱਜ ਤੱਕ ਜਿਹੜਾ ਇਹ ਜਿੰਨੇ ਵੀ ਲੋਕ ਇਹਨਾਂ ਕਮੇਟੀਆਂ ਬਣਾਈਆਂ ਕੁਝ ਕੀਤਾ ਕੁਝ ਕੀਤਾ ਇਹਨਾਂ ਕਮੇਟੀਆਂ ਨੇ ਜੇ ਕੋਈ ਮੇਰਾ ਰਿਸ਼ਤੇਦਾਰ ਹੋਏਗਾ ਨਾ ਵਿੱਚ MPA MLA ਹੋਏਗਾ ਤਾਂ ਮੈਂ ਉਹਦੇ ਕੋਲ ਜਾ ਕੇ ਕਹਿਣਾ ਯਾਰ ਇਹ ਕੰਮ ਖਤਮ ਕਰਾ ਦੇ ਕਮੇਟੀ ਤਾਂ ਉੱਥੇ ਹੀ ਵੜ ਗਈ ਉੱਥੇ ਕੀ ਕਰੋਗੇ ਮਤਲਬ ਕਮੇਟੀ ਦਿਲਾਸਾ ਦੇਣ ਵਾਸਤੇ ਇਹ ਸਿਰਫ ਇੱਕ ਆਵਾਮ ਦੀਆਂ ਨਜ਼ਰਾਂ ਦੇ ਵਿੱਚ ਧੋਖਾ ਧੋਖਾ ਏ ਹਰ ਪਾਸੇ ਧੋਖਾ ਏ ਤੇ ਇਹ 5 ਸਾਲ ਲਈ ਸਾਡੀ ਆਵਾਮ ਨੂੰ ਜਿਹੜਾ ਨਾ ਧੋਖੇ 'ਚ ਹੀ ਰੱਖਣਾ ਜਿਹੜੇ ਇਹਦੇ ਨਾਲ ਨੇ ਉਹਨਾਂ ਵੀ ਧੋਖਾ ਰੱਖਣਾ ਇਨਸ਼ਾਅੱਲਾ ਲੇਕਿਨ ਫਿਰਦੌਸ ਸ਼ਕਵਾਨ ਨੇ ਤੇ ਕਿਹਾ ਨਿਮਤ ਹੈ ਇਮਰਾਨ ਖਾਨ ਉਹ ਖੁਦਾ ਦਾ ਨਾਂ ਜੋ ਕਿਸੇ ਧੜੇ ਦੀ ਟੱਕਰ ਨਹੀਂ ਤੇ ਕੀ ਕਰਦੇ ਹੋ ਪਏ ਉਹ ਅੱਜ ਮੇਰਾ ਮਤਲਬ ਇਹਨੇ ਇਲੈਕਸ਼ਨ ਲੜਿਆ ਕਿਹੜਾ ਸੀ ਸਭ ਤੋਂ ਪਹਿਲਾਂ ਕਾਫ ਲੀਗ ਦਾ ਇਲੈਕਸ਼ਨ ਲੜਿਆ ਸੀ ਇਹ ਤਾਂ ਮੁਸ਼ਰਫ ਦੌਰ ਦੇ ਵਿੱਚ ਜਾ ਕੇ ਇਹਨੂੰ ਗੁਜਰਾਤੀਆਂ ਖੜ ਕੇ ਬਾਇਆ ਠੀਕ ਹੈ ਉਸ ਤੋਂ ਬਾਅਦ ਇਹਨੂੰ ਉੱਥੋਂ ਛੱਡਿਆ ਪੀਪਲ ਪਾਰਟੀ ਨਾਲ ਲੱਗ ਗਈ ਹੈ
ਉਥੋਂ ਪਾਣੀ ਮੁਕਾ ਘੜੇ ਚੋਂ ਤੇ ਇੱਧਰ ਆ ਗਈ ਇਮਰਾਨ ਖਾਨ ਉਹ ਕਿਹਦੀ ਕਿਹਦੀ ਭੈਣ ਹੈ ਉਸਮਾਨ ਬੁਜ਼ਦਾਦ ਨੇ ਵੀ ਬੜੀ ਤਾਰੀਫ ਕੀਤੀ ਆ ਜੀ ਇਮਰਾਨ ਖਾਨ ਯਾਰ ਜ਼ਾਹਰ ਹੈ ਜਿਹਦਾ ਖਾਣਾ ਉਹਦਾ ਗਾਣਾ ਅਸਲਾਮ ਅਲੈਕੁਮ ਅੱਜ ਇਮਰਾਨ ਖਾਨ ਸਾਹਿਬ ਨੇ ਮਹਿੰਗਾਈ ਦੇ ਖਿਲਾਫ ਐਕਸ਼ਨ ਲੈ ਲਿਆ ਕੀ ਕਹੋਗੇ آج عمران خان صاحب نے مہنگائی کے خلاف ایکشن لے لیا کیا کہیں گے اس بارے میں تو بس اچھا کیا نا اس نے مہنگائی اس نے نہیں کیا عوام نے جو دکاندار ہے یا وہ ایک اور کوئی اور لوگ ہے اس نے مہنگائی کیا نا تو اس نے اچھا ایکشن لیا وزیر اعظم صاحب نے بیان دیتا کہ ایکشن لے لیا مہنگائی کے خلاف تو امید ہے کہ چوروں کو پکڑن کے جنہوں نے مہنگائی کی نہیں جی جے دے ایکشن لے آئے وہ ایڈے وڈے فرق تے نے چھوٹے نہیں پھڑے جان لگے مطلب مہنگے اگلی بار ٹیکا لا رہے لوگ کچھ یہ بھی کہہ رہے ہیں کہ چینی آٹے کی مہنگائی دے وچ جہانگیر ترین خسرو بختیار انہاں دا ہتھ ہے نہیں کر سکتے پھر چیزاں سستیاں ہی ہونی ہیں نہ بندہ روٹی اچھی کھاندا ہے جدو پھر انہیں قرضہ لاتا تو پھر انہیں تنگ کیوں آئی کیوں انہیں تنگ ہے جدو قرضہ ہی نہیں رہا پھر آئے انہیں تنگ کیوں ہاں کوئی اینی عوام کھلوتی ہے اینی عوام کھلوتی کوئی بندہ کہہ دے میں ٹھیک ہاں کوئی این دنیا کھلوتی میں کلا نہیں ہے پورا بازار ہے سارا بازار کے مجھے کہہ دے کوئی دس دے میں ابھی سیٹ ہر بندہ تکلیف سے عمران خان کی جڑا حکومت حکومت چلانا وہ وجہ سے تنگ ہونا تیرے میرے تو کی تنگ ہونا تیرے نال میری کی دشمنی ہے وعلیکم السلام جی اج عمران خان صاحب نے مہنگائی کے خلاف ایکشن لیا جی سر سر جی عمران خان بہت زبردست آدمی ہے بس صرف یہ تو ایک گل بنی ہے نا کہ دوسرے کا کھدا ہوا وہ پے کرن دیا اہم وہ چکر سٹی جان دیا کہ بہت بھڑا آدمی ہے پہلے اہم اپنے گربان سے دیکھیے کہ پہلے اہم کی سن تو ہوں کی ہاں تو پتا لگ جائے گا ہر چیز کی بہتری دو سال بہتری اگے نالوں تھی یہ سمپل ایک حساب لگا لو کہ پولیس والے جتنے پھڑتے ہیں کوئی 150 لے کے چھڑتے سن ہوں نہیں لیں کتنے بھی لیں نا کتنے کوئی رشوت ہوں صرف اصول سے چلتے ہیں تھی اپنا کوئی بھی محکمہ کھول کے ویک لو کوئی بندہ ڈیوٹی سے نہیں جا رہا اپنی تنخواہ بس لے کے جیب چ پا رہا گھر بیٹھا ہوں ہر بندہ ڈیوٹی سے جا رہا عمران خان بہت اچھا آدمی ہے ادھر صرف گنجیاں دا سارا کیتا کتریا ساڈے سر تے پین ڈیا عمران خان نو گندا کہی جان دے یہ پیٹرول کہہ رہے ہیں لوگ 120 روپے ہو گیا انہاں دے دورے 65 سی جی تسی پہلے دیکھو ہن نواز شریف دے حکومت دے وچ کتھوں تک گیا ہے 140 تک گیا ہے ہوں اگر انہیں مہنگا کر دیتا تو کہڑی گل قرضہ ہی لان دیا سا وہ کہڑا اپنی جیب دے پا لیا جدھر لتے گا وہ حساب لے لین یہ حساب دے کے نہیں نہ گئے ترلیا نہ گئے نے وہ تو حساب لے لین جڑا کیتا ہے مریم اورنگزیب نے بیان کہ انہوں نے لالی پاپ دیتا عوام نو انہوں نے کوئی مہنگائی نہیں کم کرنی نون لیگ ہی آوے گی تے شیر ہی جڑا نا اے ساری مہنگائی نو کھائے گا جناب تو ہی اس چیز تے غور کرو نا کہ پہلے کی مہنگائی نہیں سی ہے قرضہ ڈیلی آن ڈیا ہی پاکستان دے وچ مہنگائی نہیں سی ہے ہر چیز ہے ہی نا عمران خان نے کی مہنگائی کر دیتی آن کے اگر کسی چیز تو انہیں 5 روپے ودا بھی دیتے نا کیڑا کوئی گولی بج گئی کوئی قیامت آ گئی بڑا زبردست دکان والے نے زیادہ ودا دیتے عمران خان نے 1 روپے ٹیکس لگایا کسی چیز دے اوپر لیکن دکان والے کول 10 کول لا رہے ہیں ہوں ہسپتال جنہیں پروٹوکول انڈیا چیزیں اقبال ہے یہ ساری عمران خان کی کیٹاگری ہے سمپل جی ایک چیز اہم کوئی چیز لین جانے کدے کسی نے پوچھا کی ریٹ ہے یا حکومت نے آ ریٹ کا لایا اہم کیوں اس ریٹ سے لئیے کدے پوچھے لے کے چپ گئے گھر چل جانے جا کے آ جانے عمران خان نے مہنگائی کر دیتی ریٹ لسٹ ویکو انہوں کو اگر یہ ریٹ ہے تو پھر تو ٹھیک ہے عمران خان نے کی ہے تو جب ایک بندہ کولوں لا کے دیا تمہیں دن واسطے تو عمران خان کا تو کی گناہ ہے وہ گناہ دینا نہ ہوا وہ پی ٹی آئی زندہ باد
तो अगर दुकानों वाले कर रहे हैं तो इसके हुकूमत ही जिम्मेदारी ना, उनको कमेटियां बनानी चाहिए। तो उसने अभी कमेटी बनाने का ना, कमेटी काम उसने लिया ना, एक्शन लिया, इंशाल्लाह काम ठीक हो जाएगा। तो दो साल से कर रहे, तो पहले उसको इतना मालूम, अभी पक्का उसको पता लग गया कि आवाम नाराज है हमारे से, अभी उसको पता लग गया। लेकिन आज नून लीग वालों ने कहा कि इमरान खान झूठ बोल रहा है, ये सिर्फ लॉलीपॉप दे रहा है। वो तो सियासत है ब्रा, कोई बोलेगा वो सियासत कर रहा है ना। इमरान खान उसको सचा आदमी है ब्रा, सच्चा आदमी है। उसने महंगाई ठीक है, महंगाई भी आ गई है, लेकिन बाकी वो उसने थोड़ा काम किया, खाली कश्मीर वास्ते कितना काम किया, तकरीर किया। बहुत शुक्रिया।